ਕਾਂਗਰਸ ਪੂਰਨ ਬਹੁਮਤ ਨਾਲ ਸੱਤਾ 'ਚ ਆਵੇਗੀ। ਜੋਤੀਰਾਦਿੱਤਿਆ ਸਿੰਧਿਆ, ਕਮਲਨਾਥ। ਕਾਂਗਰਸ ਆਗੂ ਜੋਤੀਰਾਦਿੱਤਿਆ ਸਿੰਧਿਆ ਅਤੇ ਕਮਲਨਾਥ ਦਾ ਕਹਿਣਾ ਹੈ ਕਿ ਕਾਂਗਰਸ ਪੂਰਨ ਬਹੁਮਤ ਨਾਲ ਮੱਧ ਪ੍ਰਦੇਸ਼ ਦੀ ਸੱਤਾ ਵਿੱਚ ਆਵੇਗੀ। ਸਪਸ਼ਟ ਬਹੁਮਤ, ਜਨਤਾ ਕਾ ਆਸ਼ੀਰਵਾਦ, ਕਾਂਗਰਸ ਕੀ ਕੇਵਲ ਸਰਕਾਰ ਨਹੀਂ ਲੇਕਿਨ ਲੋਕਨਮੁਖੀ ਜਨਤਾ ਕੀ ਸਰਕਾਰ ਮੱਧ ਪ੍ਰਦੇਸ਼ ਮੇਂ ਸਥਾਪਿਤ ਹੋਗੀ ਕਾਂਗਰਸ ਕੇ ਨੇਤ੍ਰਿਤਵ ਮੇਂ। ਔਰ ਯੇ ਸਰਕਾਰ ਕਾ ਸੰਕਲਪ ਹੋਗਾ ਕਿ ਜਨਤਾ ਕੀ ਆਸ਼ਾਏ ਔਰ ਅਭਿਲਾਸ਼ਾਏ ਕੋ ਹਮੇ ਪੂਰੀ ਕਰਨੀ ਹੋਗੀ। ਨਿਆਂ, ਅਮਨ ਔਰ ਸ਼ਾਂਤੀ ਕਾ ਵਾਤਾਵਰਣ ਔਰ ਪ੍ਰਗਤੀ ਔਰ ਵਿਕਾਸ ਕਾ ਵਾਤਾਵਰਣ ਮੱਧ ਪ੍ਰਦੇਸ਼ ਮੇਂ ਹਮ ਲੋਕ ਤੈਅ ਕਰ। ਮੁੱਖ ਮੰਤਰੀ ਕੌਣ ਹੋਗਾ? ਮੁੱਖ ਮੰਤਰੀ ਕੌਣ ਹੋਗਾ? ਨਤੀਜੇ ਪਹਿਲੇ ਆਨੇ ਦੀਜੀਏ। ਅਭੀ ਨਤੀਜੇ ਪੂਰੇ ਆਨੇ ਦੀਜੀਏ ਔਰ ਜੋ ਮੈਨੇ ਕਹਾ ਥਾ ਕਿ ਕਾਂਗਰਸ ਕੀ ਵਿਜੇ ਹੋਗੀ। Yes, we are very confident. When you have to reach out to the BSP and SP, we are going to get full majority, no question about it. Aapke bare mein kaha tha ki aap mukhyamantri banenge? Ab ye sab baat chhodiye abhi.